ਨਹੀਂ ਜੀ, ਉਹ ਬੜੇ ਤਰੀਕੇ ਨਾਲ ਕਰ ਰਹੇ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾ ਨੇ ਮੈਨੂੰ ਬਾਰ ਬਾਰ ਕਿਹਾ ਕਿ ਭਾਈ ਰਣਜੀਤ ਸਿੰਘ ਸੰਵਾਦ ਕਰੇ, ਇਹਨਾਂ ਨਾਲ ਬਹਿਣ ਨੂੰ ਕਹਿ ਰਹੇ ਆ, ਪਰ ਉਹਨਾਂ ਦਾ ਇੱਕ ਕਮੈਂਟ ਵੀ ਇਹਨਾਂ ਵਾਸਤੇ ਕਿਉਂ? ਮੈਂ ਚਾਹ ਰਿਹਾ ਵੀ ਇਨਸਾਫ ਕਰਨ, ਫੇਰ ਹੋਵੇ ਜਿੱਥੇ ਇਨਸਾਫ ਹੋਵੇ ਉੱਥੇ ਇਨਸਾਫ ਲੈਣ ਜਾਣ 'ਚ ਮੈਨੂੰ ਕੋਈ ਹਰਜ ਨਹੀਂ। ਮੈਂ ਤਾਂ ਡੰਡੌਤਾਂ ਕਰਦਾ ਵੀ ਜਾਊਂਗਾ, ਪਰ ਇਹਨਾਂ ਵਾਸਤੇ ਇੱਕ ਪ੍ਰੈਸ ਕਾਨਫਰੰਸ ਕਰਨ, ਸਪਸ਼ਟ ਪ੍ਰੈਸ ਕਾਨਫਰੰਸ ਕਰਕੇ ਉਹਦੇ ਵਿੱਚ ਇਹ ਕਹਿਣ ਵੀ ਛਬੀਲ ਲਾ ਕੇ ਬੰਦੇ ਮਾਰਨੇ ਗਲਤ ਨੇ, ਕਿਸੇ ਬੰਦੇ ਨੂੰ ਰੋਕਣਾ ਗਲਤ ਹੈ, ਧਮਕੀਆਂ ਦੇਣੀਆਂ ਗਲਤ ਨੇ, 6-6 ਗੋਲੀਆਂ ਕੱਢਣ ਦੀਆਂ ਗੱਲਾਂ ਗਲਤ ਨੇ। ਇਹ ਜਥੇਦਾਰ ਖੁੱਲ੍ਹ ਕੇ ਇਹਨਾਂ ਨੂੰ, ਟਕਸਾਲੀਆਂ ਨੂੰ ਵੀ ਕਹਿਣ ਅਤੇ ਮੈਨੂੰ ਵੀ ਕਹਿਣ। ਮੈਂ ਤਾਂ ਡੰਡੌਤਾਂ ਕਰਦਾ ਜਾਊਂਗਾ। ਪ੍ਰੋਬਲਮ ਇਹ ਹੈ, ਉਹ ਵੱਡੀ ਧਿਰ ਹੈ ਜਥੇਦਾਰ ਨਿਯੁਕਤ ਕਰਨ ਵਾਸਤੇ ਵੀ ਇਹਨਾਂ ਧਿਰਾਂ ਨੂੰ, ਟਕਸਾਲੀਆਂ ਦੇ ਮੁਖੀਆਂ ਨੂੰ ਪੁੱਛਿਆ ਜਾਂਦਾ ਹੈ। ਇਹਨਾਂ ਦੇ ਵਿਰੋਧ ਵਿੱਚ ਕੋਈ ਵੀ ਨਾ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਨਾ ਜਥੇਦਾਰ, ਉਹ ਬੋਲ ਨਹੀਂ ਸਕਦੇ। ਉਹਨਾਂ ਦੇ ਵਾਰੀ ਮੂੰਹ 'ਚ ਘੁੰਗਣੀਆਂ ਪਾ ਲੈਂਦੇ ਹੈ। ਇੱਦਾਂ ਦੇ ਸੁਭਾਲੇ ਨਾਲ ਬੰਦਾ ਬੈਠ ਕਿਵੇਂ ਸਕਦਾ? ਉਹ ਤਾਂ ਗੱਲ ਗੱਲ 'ਤੇ ਗਾਲ ਕੱਢਦੇ ਹੈ। ਉਹਨਾਂ ਨੂੰ ਉਹ ਵੱਡੀ ਧਿਰ ਦੇ ਗੁਲਾਮ ਨੇ, ਹੋਰ ਮੇਰੇ ਤੋਂ ਕੀ ਸੁਣਨਾ? ਵੱਡੀ ਧਿਰ ਦੇ ਗੁਲਾਮ ਨੇ, ਉਹ ਵੱਡੀ ਧਿਰ ਨੇ ਬਣਾਏ ਨੇ। ਬਾਦਲਾਂ ਨੂੰ ਕਹਿ ਕੇ ਜਥੇਦਾਰ ਨਹੀਂ ਬਣਦਾ, ਪੁੱਛੇ ਕਿ ਨਹੀਂ ਬਣਦਾ? ਇੱਕ ਪਾਰਟੀ ਦਾ ਹੱਕ ਨਹੀਂ ਇਹਦੇ ਉੱਤੇ, ਪੂਰਾ ਕਬਜ਼ਾ ਨਹੀਂ? ਉਹ ਉਹਨਾਂ ਨੂੰ ਪੁੱਛ ਕੇ ਬਣਾਇਆ ਜਾਂਦਾ, ਹੋਰ ਕੀ ਸੁਣਨਾ ਤੂੰ ਮੇਰੇ ਤੋਂ? ਉਹਨਾਂ ਦੇ ਗੁਲਾਮ ਨੇ, ਉਹਨਾਂ ਦੀ ਗੱਲ ਮੰਨਣਗੇ, ਸਾਡੇ ਵਰਗਿਆਂ ਦੀ ਕਿੱਥੇ ਮੰਨਣਗੇ? ਸਾਨੂੰ ਉਹ ਕੀ ਸਮਝਦੇ ਨੇ? ਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੈ। ਜਿਹੜੇ ਸੂਬੇ ਦਾ ਰਾਜਾ ਐਸ਼ ਪ੍ਰਸਤੀ ਜਾਂ ਬਲਾਤਕਾਰੀ ਹੋਵੇ, ਉਹਦੇ ਕੋਲੋਂ ਆਪਾਂ ਕੀ ਆਸ ਰੱਖ ਸਕਦੇ ਹਾਂ? ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਟਾਈਮ ਆ, ਉਹ ਅਰੂਸਾ ਆਲਮ ਦੇ ਨਾਲ ਰੰਗ ਰਲੀਆਂ ਤੋਂ ਮਨਾਉਣ ਤੋਂ ਨਹੀਂ ਟਾਈਮ ਲੱਗਦਾ। ਇਸੇ ਤਰ੍ਹਾਂ ਵੱਖ ਵੱਖ ਸਮੇਂ ਅਨੁਸਾਰ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦਿੱਤੇ ਗਏ ਸਿੰਘਾਂ ਵੱਲੋਂ। ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਕਈ ਵਾਰ ਵਿਚਾਰ ਚਰਚਾ ਕਰਨ ਦਾ ਵੀ ਸਮਾਂ ਲਿਆ ਗਿਆ, ਪਰ ਉਹ ਬੰਦਾ ਇੱਕੇ ਗੱਲ 'ਤੇ ਅੜਿਆ ਕਿ ਮੈਂ ਇਹਨਾਂ ਨਾਲ ਵਿਚਾਰ ਨਹੀਂ ਕਰਨੇ। ਪੰਜਾਬ ਦੀ ਧਰਤੀ 'ਤੇ ਕਾਨੂੰਨ ਨਾਂ ਦਾ ਕੋਈ ਵੀ, ਇੱਥੇ ਕਾਨੂੰਨ ਨਾਂ ਦੀ ਕੋਈ ਵੀ ਚੀਜ਼ ਨਹੀਂ। ਜੇਕਰ ਕਾਨੂੰਨ ਹੁੰਦਾ ਅਤੇ ਸੁਣਵਾਈ ਕਰਦਾ, ਇੱਕ ਬੰਦਾ ਸ਼ਰੇਆਮ ਸਟੇਜ 'ਤੇ ਬੈਠ ਕਰਕੇ ਸ਼ਰੇਆਮ ਕਹਿੰਦਾ ਕਿ ਮੈਂ ਹਰਿਮੰਦਰ ਸਾਹਿਬ ਨੂੰ ਨਹੀਂ ਮੰਨਦਾ। ਹਰਿਮੰਦਰ ਸਿੰਘ ਆਮ ਬਿਲਡਿੰਗ ਆ, ਅੰਮ੍ਰਿਤ ਸਰੋਵਰ 'ਤੇ ਕਿੰਤੂ ਕਰਦਾ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕਿੰਤੂ ਕਰਦਾ, ਗੁਰਬਾਣੀ 'ਤੇ, ਇਤਿਹਾਸ 'ਤੇ ਕਿੰਤੂ ਕਰਦਾ, ਇਤਿਹਾਸ ਤੋੜ ਮਰੋੜ ਕਰਕੇ ਸੰਗਤਾਂ ਵਿੱਚ ਪੇਸ਼ ਕਰਦਾ, ਪ੍ਰਚਾਰ 'ਤੇ ਕੋਈ ਵੀ ਵਿਰੋਧ ਨਹੀਂ। ਜਦੋਂ ਸਾਡੇ ਇਤਿਹਾਸ 'ਤੇ ਕਿੰਤੂ ਕਰਦਾ, ਉਦੋਂ ਪਹਿਲਾਂ ਵੀ, ਹੁਣ ਵੀ ਅਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਵਿਰੋਧ ਹੁੰਦਾ ਰਹੇਗਾ। ਸਰਕਾਰ ਭਾਵੇਂ ਸਾਡੇ ਨਾਲ ਕਿਹੋ ਜਿਹਾ ਮਰਜ਼ੀ ਵਿਹਾਰ ਕਰੇ, ਜਿੰਨਾ ਚਿਰ ਤੱਕ ਸਰਕਾਰ ਇਹਦੇ ਦੀਵਾਨਾਂ 'ਤੇ ਪਾਬੰਦੀ ਨਹੀਂ ਲਾਉਂਦੀ, ਇਸੇ ਤਰ੍ਹਾਂ ਸਿੱਖ ਸੰਗਤਾਂ ਦਾ ਸੰਘਰਸ਼ ਜਾਰੀ ਰਹੇਗਾ। ਮਤਾ ਸਰਕਾਰ ਜਾਂ ਢੱਡਰੀਆਂ ਵਾਲਾ ਸੋਚੇ ਮੈਂ ਸਰਕਾਰ ਦੇ ਖੰਭਾਂ ਥੱਲੇ ਬੈਠ ਕਰਕੇ ਆਪਣਾ ਦੀਵਾਨ ਲਾਊਂਗਾ, ਮਤਾ ਭੁੱਲ ਜਾਵੇ। ਪਿਰਥੀ ਚੰਦ ਨੇ ਵੀ ਸਰਕਾਰ ਦਾ ਓਟ ਆਸਰਾ ਲਿਆ ਸੀ, ਇਸੇ ਤਰ੍ਹਾਂ ਧੀਰ ਮੱਲ ਨੇ ਵੀ ਲਿਆ ਸੀ, ਰਾਮ ਰਾਏ ਨੇ ਵੀ ਲਿਆ ਸੀ। ਬੜੇ ਆਪਣੇ ਵਰਗੇ ਆਏ ਅਤੇ ਆਉਣ ਵਾਲੇ ਸਮੇਂ ਵਿੱਚ ਆਉਂਦੇ ਰਹਿਣਾ, ਜਿਨ੍ਹਾਂ ਨੇ ਸਰਕਾਰ ਦਾ ਆਸਰਾ ਲਿਆ, ਆਖਿਰਕਾਰ ਉਹਨਾਂ ਨੂੰ ਮੂੰਹ ਦੀ ਖਾ ਕਰਕੇ ਨਰਕਾਂ ਨੂੰ ਜਾਣਾ ਪਿਆ। ਜਥੇਬੰਦੀਆਂ ਆਪਣੇ ਗੁਰੂ ਸਾਹਿਬਾਨਾਂ ਔਰ ਸਿੱਖ ਇਤਿਹਾਸ ਪ੍ਰਤੀ ਜਿਹੜੇ ਸ਼ੰਕੇ ਉਤਪੰਨ ਕਰ ਰਿਹਾ ਹੈ ਢੱਡਰੀਆਂ ਵਾਲਾ, ਇਹਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਕਰਦੇ ਮੂਡ 'ਚ ਨਹੀਂ ਹੈ। ਸਰਕਾਰ ਨੂੰ ਹੁਣ ਤੋਂ ਹੀ ਇਹ ਪੜ੍ਹਿਆ ਵਿਚਾਰ ਲੈਣਾ ਚਾਹੀਦਾ, ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ, ਜਿਵੇਂ 1978 ਦੇ ਵਿੱਚ ਨਿਰੰਕਾਰੀਆਂ ਨੇ ਗੁਰੂ ਸਾਹਿਬਾਂ ਪ੍ਰਤੀ ਜਿਹੜੀਆਂ ਸ਼ੰਕੇ ਉਤਪੰਨ ਕਰਕੇ ਜਾਂ ਨਿੰਦਿਆ ਕਰਕੇ ਉਹ ਹਾਲਾਤ ਪੈਦਾ ਕੀਤੇ, ਉਹੀ ਹਾਲਾਤ ਅੱਜ ਇਹ ਦੂਜਾ ਨਿਰੰਕਾਰੀ ਰਣਜੀਤ ਸਿੰਘ ਢੱਡਰੀਆਂ ਵਾਲਾ ਇਹ ਪੈਦਾ ਕਰ ਰਿਹਾ ਹੈ। 3-4 ਸਾਲ ਤੋਂ ਢੱਡਰੀਆਂ ਵਾਲਾ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਸਭ ਤੋਂ ਪਹਿਲਾਂ ਇਹਨੇ ਭੋਰਾ ਸਾਹਿਬ ਦਾ ਨਿਰਾਦਰ ਕੀਤਾ ਸੀ ਕਿ ਬਾਬਾ ਬਕਾਲਾ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੋਈ ਤਪ ਨਹੀਂ ਕੀਤਾ। ਇਹ ਐਡੀਆਂ ਭੱਦੀਆਂ ਟਿੱਪਣੀਆਂ ਕੱਢ ਕੱਢ ਕੇ ਜਿਹੜੀਆਂ ਬੋਲ ਰਿਹਾ, ਇਹਨੇ ਆਪ ਸੰਥਿਆ ਕੀਤੀ ਨਹੀਂ ਅਤੇ ਦੂਜਿਆਂ ਨੂੰ ਮਤਾ ਦੇਈ ਜਾ ਰਿਹਾ। ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਇੰਨੇ ਦਿਨ ਹੀ ਦੀਵਾਨ ਮਾਨਸਾ 'ਚ ਲੱਗ ਰਹੇ ਨੇ, ਜਿੱਥੇ ਢੱਡਰੀਆਂ ਵਾਲਿਆਂ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ। ਉੱਥੇ ਹੀ ਪੇਸ਼ ਨਾ ਹੋਣ ਦੇ ਬਿਆਨ 'ਤੇ SGPC ਪ੍ਰਧਾਨ ਲੌਂਗੋਵਾਲ ਨੂੰ ਢੱਡਰੀਆਂ ਵਾਲਾ ਦਾ ਹੰਕਾਰ ਦੱਸ ਰਹੇ ਨੇ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਵੱਲੋਂ ਅਪੀਲ ਕੀਤੀ ਗਈ ਕਿ ਢੱਡਰੀਆਂ ਵਾਲਿਆਂ ਨੂੰ ਪੇਸ਼ ਜ਼ਰੂਰ ਹੋਣਾ ਚਾਹੀਦਾ, ਪਰ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸੁਰ ਦਿਨੋ ਦਿਨ ਤਿੱਖੇ ਹੁੰਦੇ ਜਾ ਰਹੇ ਨੇ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਲਏ ਗਏ ਫੈਸਲਿਆਂ ਬਾਰੇ, ਜਿੱਥੇ ਰਣਜੀਤ ਸਿੰਘ ਨਿਸ਼ਾਨੇ ਸਾਧ ਰਹੇ ਸੀ, ਹੁਣ ਰਣਜੀਤ ਸਿੰਘ ਅਕਾਲੀ ਦਲ ਤੇ ਵੀ ਨਿਸ਼ਾਨੇ ਸਾਧ ਰਹੇ ਨੇ ਤੇ ਸ਼੍ਰੋਮਣੀ ਕਮੇਟੀ ਤੇ ਇੱਕ ਪਾਰਟੀ ਦਾ ਕਬਜ਼ਾ ਦੱਸ ਰਹੇ ਨੇ। ਨਹੀਂ ਜੀ, ਉਹ ਅਸਲ ਅੱਜ ਤੱਕ ਸਥਾਪਿਤ ਨੇ, ਜਿੱਦਾਂ ਉਹ ਸੋਚਦੇ ਨੇ ਉਹ ਸੋਚਦੇ ਨੇ ਵੀ ਆਪਾਂ ਵੀ ਉੱਦਾਂ ਹੀ ਸੋਚੀਏ, ਜੋ ਗੱਪ ਕਹਾਣੀਆਂ ਸੁਣਾਉਂਦੇ ਨੇ ਆਪਾਂ ਵੀ ਉੱਦਾਂ ਹੀ ਸੁਣਾਈਏ। ਮੇਰੀ ਸੋਚ ਥੋੜ੍ਹੀ ਪ੍ਰੈਕਟੀਕਲ ਹੈ, ਮੈਂ ਆਪਣੇ ਹਿਸਾਬ ਨਾਲ ਐਕਸਪਲੇਨ ਕਰਦਾ, ਬਸ ਇਸ ਗੱਲ ਦਾ ਹੀ ਮਸਲਾ। ਅੱਜ ਤੱਕ ਉਹਨਾਂ ਦੀ ਚੱਲਦੀ ਆਈ ਹੈ, ਹੁਣ ਨਵੇਂ ਤਰੀਕੇ ਸਿਰ ਗੁਰਬਾਣੀ ਦੀ ਵਿਆਖਿਆ ਹੋ ਰਹੀ ਹੈ, ਸਮਝ ਆ ਰਹੀ ਹੈ ਅਤੇ ਲੋਕ ਵੀ ਜੁੜ ਰਹੇ ਆ। ਯੂਥ ਅੱਜ ਦਾ ਇੱਦਾਂ ਦੀਆਂ ਗੱਲਾਂ ਨਾਲ ਹੀ ਜੁੜਦਾ। ਜੇ ਆਹ ਗੱਲਾਂ ਨਹੀਂ ਕਰਨੀਆਂ ਤਾਂ ਨੌਜਵਾਨਾਂ ਨੂੰ ਐਡੀ ਵੱਡੀ ਗਿਣਤੀ 'ਚ ਤੁਸੀਂ ਇਕੱਠੇ ਕਰਕੇ ਦਿਖਾਓ, ਉਹ ਬੈਠਦੇ ਵੀ ਨਹੀਂ, ਉਹ ਦੂਰ ਭੱਜਦੇ ਹੈ। ਤਾਂ ਅੱਜ ਦੀ ਪੀੜ੍ਹੀ ਇੱਦਾਂ ਸੁਣਨਾ ਚਾਹੁੰਦੀ ਹੈ, ਉਹ ਬਰਦਾਸ਼ਤ ਨਹੀਂ ਕਰਦੇ। ਨਹੀਂ ਜੀ, ਉਹ ਬੜੇ ਤਰੀਕੇ ਨਾਲ ਕਰ ਰਹੇ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾ ਨੇ ਮੈਨੂੰ ਬਾਰ ਬਾਰ ਕਿਹਾ ਕਿ ਭਾਈ ਰਣਜੀਤ ਸਿੰਘ ਸੰਵਾਦ ਕਰੇ, ਇਹਨਾਂ ਨਾਲ ਬਹਿਣ ਨੂੰ ਕਹਿ ਰਹੇ ਹੈ, ਪਰ ਉਹਨਾਂ ਦਾ ਇੱਕ ਕਮੈਂਟ ਵੀ ਇਹਨਾਂ ਵਾਸਤੇ ਕਿਉਂ ਨਹੀਂ? ਮੈਂ ਚਾਹ ਰਿਹਾ ਵੀ ਇਨਸਾਫ ਕਰਨ, ਫੇਰ ਹੋਵੇ, ਜਿੱਥੇ ਇਨਸਾਫ ਹੋਵੇ ਉੱਥੇ ਇਨਸਾਫ ਲੈਣ ਜਾਣ 'ਚ ਮੈਨੂੰ ਕੋਈ ਹਰਜ ਨਹੀਂ। ਮੈਂ ਤਾਂ ਡੰਡੌਤਾਂ ਕਰਦਾ ਵੀ ਜਾਊਂਗਾ, ਪਰ ਇਹਨਾਂ ਵਾਸਤੇ ਇੱਕ ਪ੍ਰੈਸ ਕਾਨਫਰੰਸ ਕਰਨ, ਸਪਸ਼ਟ ਪ੍ਰੈਸ ਕਾਨਫਰੰਸ ਕਰਕੇ ਉਹਦੇ ਵਿੱਚ ਇਹ ਕਹਿਣ ਵੀ ਛਬੀਲ ਲਾ ਕੇ ਬੰਦੇ ਮਾਰਨੇ ਗਲਤ ਨੇ, ਕਿਸੇ ਬੰਦੇ ਨੂੰ ਰੋਕਣਾ ਗਲਤ ਹੈ, ਧਮਕੀਆਂ ਦੇਣੀਆਂ ਗਲਤ ਨੇ, 6-6 ਗੋਲੀਆਂ ਕੱਢਣ ਦੀਆਂ ਗੱਲਾਂ ਗਲਤ ਨੇ। ਇਹ ਜਥੇਦਾਰ ਖੁੱਲ੍ਹ ਕੇ ਇਹਨਾਂ ਨੂੰ, ਟਕਸਾਲੀਆਂ ਨੂੰ ਵੀ ਕਹਿਣ ਅਤੇ ਮੈਨੂੰ ਵੀ ਕਹਿਣ। ਮੈਂ ਤਾਂ ਡੰਡੌਤਾਂ ਕਰਦਾ ਜਾਊਂਗਾ। ਪ੍ਰੋਬਲਮ ਇਹ ਹੈ, ਉਹ ਵੱਡੀ ਧਿਰ ਹੈ, ਜਥੇਦਾਰ ਨਿਯੁਕਤ ਕਰਨ ਵਾਸਤੇ ਵੀ ਇਹਨਾਂ ਧਿਰਾਂ ਨੂੰ, ਟਕਸਾਲੀਆਂ ਦੇ ਮੁਖੀਆਂ ਨੂੰ ਪੁੱਛਿਆ ਜਾਂਦਾ। ਇਹਨਾਂ ਦੇ ਵਿਰੋਧ ਵਿੱਚ ਕੋਈ ਵੀ ਨਾ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਨਾ ਜਥੇਦਾਰ, ਉਹ ਬੋਲ ਨਹੀਂ ਸਕਦੇ। ਉਹਨਾਂ ਦੇ ਵਾਰੀ ਮੂੰਹ 'ਚ ਘੁੰਗਣੀਆਂ ਪਾ ਲੈਂਦੇ ਹੈ, ਸਾਨੂੰ ਵਾਰ ਵਾਰ ਦਬਾਅ ਪਾਉਂਦੇ ਆ ਵੀ ਇਹ ਨਹੀਂ ਆਉਂਦਾ, ਇਹ ਆਵੇ, ਇਹ ਸੰਵਾਦ ਕਰੇ। ਜਿੱਦਾਂ ਇਹ ਬੰਦੇ ਰੋਭ ਮਾਰਦੇ ਹੈ, ਇਹ ਕਹਿੰਦੇ ਦੀਵਾਨ ਨਹੀਂ ਲੱਗਣ ਦੇਣੇ, ਇਹੋ ਜਿਹੇ ਐਟੀਟਿਊਡ ਵਾਲੇ ਬੰਦੇ ਨਾਲ, ਇੱਦਾਂ ਦੇ ਸੁਭਾਅ ਵਾਲੇ ਨਾਲ ਬੰਦਾ ਬੈਠ ਕਿਵੇਂ ਸਕਦਾ? ਉਹ ਤਾਂ ਗੱਲ ਗੱਲ 'ਤੇ ਗਾਲ ਕੱਢਦੇ ਹੈ। ਮੇਰੀ ਜਥੇਦਾਰ ਹੋਣਾ ਨੂੰ ਵੀ ਬੇਨਤੀ ਹੈ ਵੀ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੂੰ ਵੀ ਖਿੱਚਣ, ਸਖਤੀ ਨਾਲ ਕਹਿਣ ਵੀ ਤੁਹਾਡਾ ਕੋਈ ਹੱਕ ਨਹੀਂ ਬਣਦਾ, ਤੁਸੀਂ ਕੌਣ ਹੁੰਦੇ ਹੋ? ਛਬੀਲ ਲਾ ਕੇ ਬੰਦਾ ਟਕਸਾਲ ਵਾਲਿਆਂ ਨੇ ਗਲਤ ਮਾਰਿਆ, ਇੰਨੀ ਸਟੇਟਮੈਂਟ ਦੇ ਦੇਣ, ਮੈਂ ਤਾਂ ਡੰਡੌਤਾਂ ਕਰਦਾ ਜਾਊਂਗਾ, ਮੈਨੂੰ ਕੀ ਪ੍ਰੋਬਲਮ ਹੈ? ਮੈਂ ਵਿਚਾਰ ਤੋਂ ਨਹੀਂ ਭੱਜਦਾ। ਨਹੀਂ, ਫਿਲਹਾਲ ਆਹ ਤਾਂ ਹੋਇਆ ਪ੍ਰੋਗਰਾਮ, ਅੱਗੇ ਵੇਖਾਂਗੇ। ਮੈਂ ਟਕਰਾਵ ਨਹੀਂ ਕਰਨਾ ਚਾਹੁੰਦਾ, ਮੈਂ ਇੱਦਾਂ ਦਾ ਮੈਂ ਨਹੀਂ ਹੈਗਾ ਕਿ ਇੱਦਾਂ ਇੰਨੀ ਪੁਲਿਸ ਨੂੰ ਤੰਗ ਕਰਕੇ ਅਸੀਂ ਇੱਦਾਂ ਦੇ ਪ੍ਰੋਗਰਾਮ ਕਰੀਏ, ਮੈਂ ਇੱਦਾਂ ਦਾ ਨਹੀਂ ਹੈਗਾ। ਇਸ ਮੇਰੀ ਭਲਮਾਣ ਸੀ ਦਾ ਉਹਨਾਂ ਨੂੰ ਵੀ ਪਤਾ ਹੈ, ਅੱਜ ਉਹਨਾਂ ਨੂੰ ਕੋਈ ਬੰਦਾ ਗ੍ਰਿਫਤਾਰ ਕਰ ਲਏ, ਮੈਂ ਨਹੀਂ ਚਾਹੁੰਦਾ ਕੋਈ ਉਹਨਾਂ ਨੂੰ ਗ੍ਰਿਫਤਾਰ ਵੀ ਕਰੇ। ਉਹ ਬੰਦਿਆਂ ਨੂੰ ਹੁਣ ਦੀਵਾਨਾਂ 'ਤੇ ਆਇਆ ਕਰਨਗੇ, ਉਹਨਾਂ ਨੂੰ ਲੋਕ ਗ੍ਰਿਫਤਾਰ ਕਰ ਲਿਆ ਕਰਨਗੇ, ਮੈਂ ਨਹੀਂ ਚਾਹੁੰਦਾ। ਮੈਂ ਉਹਨਾਂ ਨੂੰ ਗ੍ਰਿਫਤਾਰ ਵੀ ਨਹੀਂ ਹੋਣ ਦੇਣਾ ਚਾਹੁੰਦਾ, ਪਰ ਉਹ ਕਹਿੰਦੇ ਆ ਜੀ ਇਹਨੂੰ ਅਸੀਂ ਖਤਮ ਕਰਨਾ ਹੈ, ਉਹ ਇਦਾਂ ਦੀ ਸੋਚ ਰੱਖਦੇ ਆ। ਇਸ ਗੱਲ ਦਾ ਫਰਕ ਹੈ, ਆਉਣ ਵਾਲੇ ਸਮੇਂ ਵਿੱਚ ਵੇਖਾਂਗੇ। ਜੇ ਉਹ ਆਪਣਾ ਰੌਲਾ ਇੱਦੇ ਤਰ੍ਹਾਂ ਪਾਉਂਦੇ ਰਹਾਂਗੇ, ਮੈਂ ਸਦਾ ਵਾਸਤੇ ਦੀਵਾਨ ਬੰਦ ਕਰ ਦੂੰਗਾ। ਗੱਲ ਸੁਣੋ, ਮੇਰੀ ਗੱਲ ਸੁਣੋ, ਮੈਂ ਜਥੇਦਾਰ ਦੀ ਗੱਲ ਤੁਸੀਂ ਨਹੀਂ ਸੁਣਦੇ, ਉਹ ਜਥੇਦਾਰ ਫੇਰ ਕਰਨ ਨਾ ਇਨਸਾਫ ਦੇਣ, ਮੈਂ ਤਾਂ ਡੰਡੌਤਾਂ ਕਰਦਾ ਜਾਊਂਗਾ। ਯਾਰ ਗੱਲ ਤੂੰ ਕਿੱਧਰ ਲੈ ਗਿਆ? ਬਾਬਾ ਜੀ ਉਹ ਬਾਰ ਬਾਰ ਕੀ ਕਹਿੰਦੇ ਨੇ, ਉਹ ਗੱਲ ਕਹਿ ਰਹੇ ਨੇ ਕਿ ਤੁਸੀਂ ਨਹੀਂ ਉੱਥੇ ਜਾ ਰਹੇ ਜੀ, ਉਹ ਬਲਾਰ ਉਹਨਾਂ ਨੂੰ, ਉਹ ਵੱਡੀ ਧਿਰ ਦੇ ਗੁਲਾਮ ਨੇ, ਹੋਰ ਮੇਰੇ ਤੋਂ ਕੀ ਸੁਣਨਾ ਤੂੰ? ਵੱਡੀ ਧਿਰ ਦੇ ਗੁਲਾਮ ਨੇ, ਉਹ ਵੱਡੀ ਧਿਰ ਨੇ ਬਣਾਏ ਨੇ, ਬਾਦਲਾਂ ਨੂੰ ਕਹਿ ਕੇ ਜਥੇਦਾਰ ਨਹੀਂ ਬਣਦਾ, ਪੁੱਛੇ ਕੇ ਨਹੀਂ ਬਣਦਾ, ਇੱਕ ਪਾਰਟੀ ਦਾ ਹੱਕ ਨਹੀਂ ਇਹਦੇ ਉੱਤੇ, ਪੂਰਾ ਕਬਜ਼ਾ ਨਹੀਂ, ਉਹ ਉਹਨਾਂ ਨੂੰ ਪੁੱਛ ਕੇ ਬਣਾਇਆ ਜਾਂਦਾ। ਹੋਰ ਕੀ ਸੁਣਨਾ ਤੂੰ ਮੇਰੇ ਤੋਂ? ਉਹਨਾਂ ਦੇ ਗੁਲਾਮ ਨੇ, ਉਹਨਾਂ ਦੀ ਗੱਲ ਮੰਨਣਗੇ, ਸਾਡੇ ਵਰਗਿਆਂ ਦੀ ਕਿੱਥੇ ਮੰਨਣਗੇ? ਸਾਨੂੰ ਉਹ ਕੀ ਸਮਝਦੇ ਨੇ? ਮਾਨਸਾ ਦੇ ਪਿੰਡ ਜੋਗਾ ਵਿਖੇ 3 ਰੋਜ਼ਾ ਧਾਰਮਿਕ ਦੀਵਾਨ ਲਈ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਸਮਾਪਤ ਹੋ ਗਏ, ਪਰ ਮਾਨਸਾ ਬਰਨਾਲਾ ਦੀ ਹੱਦ ਤੱਕ ਪੁਲਿਸ ਨੇ ਵਿਰੋਧ ਕਰਨ ਲਈ ਆ ਰਹੇ ਕਈ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਸਮੇਂ ਸਿੱਖਾਂ ਨੇ ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ ਨਾਅਰੇਬਾਜ਼ੀ ਕੀਤੀ। ਦੇਸ਼ ਅਤੇ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ ਕਿ ਲੰਮੇ ਸਮੇਂ ਤੋਂ ਰਣਜੀਤ ਸਿੰਘ ਢੱਡਰੀਆਂਵਾਲਾ ਇਤਿਹਾਸ, ਇਤਿਹਾਸਕ ਸਥਾਨ, ਗੁਰਬਾਣੀ, ਸਿੱਖ ਪਰੰਪਰਾ ਦੇ ਉਲਟ ਬੋਲਦਾ। ਅੱਜ ਤੋਂ ਕਾਫੀ ਸਮਾਂ ਪਹਿਲਾਂ ਗਵਰਨਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਸਿੱਖ ਜਥੇਬੰਦੀਆਂ ਵੱਲੋਂ, ਪਰ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੈ। ਜਿਹੜੇ ਸੂਬੇ ਦਾ ਰਾਜਾ ਐਸ਼ ਪ੍ਰਸਤੀ ਜਾਂ ਬਲਾਤਕਾਰੀ ਹੋਵੇ, ਉਹਦੇ ਕੋਲੋਂ ਆਪਾਂ ਕੀ ਆਸ ਰੱਖ ਸਕਦੇ ਹਾਂ? ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਟਾਈਮ ਆ, ਉਹ ਅਰੂਸਾ ਆਲਮ ਦੇ ਨਾਲ ਰੰਗ ਰਾਲੀਆਂ ਤੋਂ ਮਨਾਉਣ ਤੋਂ ਨਹੀਂ ਟਾਈਮ ਲੱਗਦਾ। ਇਸੇ ਤਰ੍ਹਾਂ ਵੱਖ ਵੱਖ ਸਮੇਂ ਅਨੁਸਾਰ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦਿੱਤੇ ਗਏ ਸਿੰਘਾਂ ਵੱਲੋਂ। ਰਣਜੀਤ ਸਿੰਘ ਢੱਡਰੀਆਂਵਾਲੇ ਦੇ ਨਾਲ ਕਈ ਵਾਰ ਵਿਚਾਰ ਚਰਚਾ ਕਰਨ ਦਾ ਵੀ ਸਮਾਂ ਲਿਆ ਗਿਆ, ਪਰ ਉਹ ਬੰਦਾ ਇੱਕੇ ਗੱਲ 'ਤੇ ਅੜਿਆ ਕਿ ਮੈਂ ਇਹਨਾਂ ਨਾਲ ਵਿਚਾਰ ਨਹੀਂ ਕਰਨੇ। ਗੁਰਮੁਖੋ, ਇਹ ਕਿਹੜਾ ਪ੍ਰਚਾਰ ਆ ਸਰਕਾਰ ਦੇ ਖੰਭਾਂ ਹੇਠ?
प्रशासन की हाजिर हजूरी दवान लाने ते कह देना कि सिखी प्रचार आ गुरमुखो नहीं साडा जाति तौर पर कोई विरोध नहीं जाति तौर पर साडा कोई भी लड़ाई झगड़ा नहीं साडी सिद्धांतक लड़ाई आ पर पंजाब की धरती ते कानून ना दा कोई भी इत्थे कानून ना दी कोई भी चीज़ नहीं जेकर कानून हुंदा ते सुनवाई करदा एक बंदा शरेआम स्टेज ते बैठ करके शरेआम कहिंदा कि मैं हरिमंदर साहब नूं नहीं मनदा हरिमंदर सिंह आम बिल्डिंग आ अमृत सरोवर ते किंतू करदा श्री अकाल तख्त साहब ते किंतू करदा गुरबाणी ते इतिहास ते किंतू करदा इतिहास तोड़ मरोड़ करके संगतां विच पेश करदा गुरमुख प्रचारक जिहड़े आ देशां अते विदेशां विच सिक्खी दा प्रचार करदे आ कदी भी किसे ने किसे दा विरोध कीता प्रचार ते कोई भी विरोध नहीं जदों साडे इतिहास ते किंतू करदा उदों पहलां भी हुण भी ते आउण वाले समें विच इसे तरह विरोध हुंदा रहेगा सरकार भावें साडे नाल किहो जिहा मर्जी विहार करे जिन्ना चिर तक सरकार इहदे दीवाना ते पाबंदी नहीं लाउंदी इस तरह सिख संगतां दा संघर्ष जारी रहेगा मता सरकार जां ढड्डरियां वाला सोचे मैं सरकार दे खंभां थले बैठ करके अपना दीवान लाऊंगा मता भुल जावे पिरथी चंद ने भी सरकार दा ओट आसरा लिया सी इस तरह धीर मल ने भी लिया सी राम राय ने भी लिया सी बड़े अपने वर्गे आए ते आउंदे आउंदे वाले समें विच आउंदे रहना जिन्हां ने सरकार दा आसरा लिया आखिरकार उन्हां नूं मूँह की खा करके नरकों नूं जाना पिया अज तो कुछ समा पहला दरबार साहब की धरती ते नरकधारी ने भी इस तरह झूठा सुहांग रचिया सी असी नहीं चाहते कि पंजाब ये साडा पंजाब आ पंजाब की धरती नूं जां पंजाब की जनता नूं पंजाब दे समाज नूं अगे पहला वांगू अग की भट्ठी विच झोकिया जाए असी नहीं चाहते वाद वाद नहीं करना चाहते पर जो हालात बनते जाते रहे बनते जाते आ सरकार सुनदी नहीं टडरियां वाला अपने विचार ते अपने प्रचार ते रोक नहीं लाउंदा हो सकदा कि आउण वाले समें विच हालातां दा पता नहीं हुंदा कि किहड़े पासे मोड़ खा जाण असीं नहीं चाहुंदे कि वाद वाद कीता जावे ये प्रशासन नूं पता होण दे बावजूद भी इत्थे वाद वाद होऊगा तां भी क्यों इह इहनां ने करवाया जी इह सरकार नूं भी पता है ते प्रशासन नूं भी पता है ये जिहड़े प्रशासन वाले आ इह सरकार दे नौकर आ जो सरकार वालों हुक्म आया इन्हां ने उहदे पहरा देना ये उपर अमल सरकार नूं करना चाहिए ना कि प्रशासन नूं प्रशासन हुक्म दा बद्दा जिस तरह सरकार दा हुक्म आया उस तरह उन्हां हुक्म दी तमील करनी आ मैं ये सोचदा कि पंजाब दी धरती ते कानून दी कोई भी ना चीज़ नहीं जेकर कानून हुंदा एक बंदा शरेआम गलतियां करदा ते फिर उन्हूं सिक्योरिटी दे करके उहदी रखवाली कीती जांदी आ ये ज़्यादा लंबा समा नहीं चलेगा जिन्ना चिर तक उहदे दीवाना ते रोक ना लगी असी इसे तरह संघर्ष अपना जारी रखा बहुत अफसोसनाक गल है जी प्रशासन नूं अज तां नहीं पिछले 6-8 साल तों पता है कि ढड्डरियां वाला की कर रहा ते की नहीं कर रहा है इस वालों किए जा रहे कूड प्रचार इन्होंने बहुत ही गंभीरता नाल लेना चाहिए सी पर नहीं लिया सिख जथेबंदियां ने वख वख समय ते रोस विखावा किया मेमोरेंडम दिते पर कोई भी इहदा जिहड़ा वा सार्थक हल जिहड़ा सरकार ने नहीं कढ़िया और मैं सरकार नूं ये दस देना चाहुंदा कि सिख जथेबंदियां अपने गुरु साहिबाना और सिख इतिहास प्रति जिहड़ी शंके उत्पन्न कर रहा है ढड्डरियां वाला इहनूं किसी भी हालत में बर्दाश्त करदे मूड च नहीं है सरकार नूं हुण तो ही ये पढ़िया विचार लेना चाहिए कंध ते लिखिया पढ़ लेना चाहिए जिवें 1978 दे विच निरंकारियां ने गुरु साहिबां प्रति जिहड़ियां शंके उत्पन्न करके जां निंदिया करके वह हालात पैदा किए उही हालात अज ये दूजा निरंकारी रणजीत सिंह ढड्डरियां वाला ये पैदा कर रहा है जिस नूं गंभीरता नाल लैण दी लोड़ आ वो भरा मारू जंग वाले पासे नूं उतारू आ जेकर समा रहिंदिया ना संभालिया तो पंजाब दे हालात मुड़ तो विगड़ सकते ने गिरफ्तारी जिहड़ी आ उहदे संबंध विच सिखां ने अपने गुरु साहिब दी निंदा नूं ना सहारदिआं क्योंकि लंबे समय तो लगभग 3-4 साल तो ढड्डरियां वाला श्री गुरु तेग बहादुर पातशाह महाराज जी के सब तो पहला इन्हें भोरा साहब निरादर किया कि बाबा बकाले की धरती से गुरु तेग बहादुर पातशाह ने कोई तप नहीं किया जबकि सिख राज दे वेले तो उत्थे बोर्ड लगे और हिस्टोर सारे इतिहासकार मानते हैं कि गुरु तेग बहादुर जी ने
ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ 26 ਸਾਲ ਜਿਹੜਾ ਤਪ ਕੀਤਾ ਔਰ ਉਸ ਤੋਂ ਇਹ ਮੁਨੱਕਰ ਹੋ ਰਿਹਾ। ਉਸ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ ਸੀ, ਇਹਨੇ ਕਿਹੜਾ ਸਿੱਖਾਂ ਦਾ ਮਸਲਾ ਜਿੱਤੇ ਅੱਜ ਤੱਕ ਵਿਵਾਦਿਤ ਨਹੀਂ ਬੋਲਿਆ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸਮੁੱਚੀ ਦੁਨੀਆ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਹੁੰਦੀ ਆ। ਮੈਂ 15 ਸਾਲ ਪਹਿਲਾਂ ਉਸ ਗ੍ਰੰਥ ਦੀ ਸੰਥਿਆ ਕੀਤੀ, ਅਸੀਂ ਵੀ ਉਹ ਕਥਾ ਕਰਦੇ ਹਾਂ ਗੁਰਦੁਆਰਿਆਂ ਦੇ ਵਿੱਚ, ਸਾਰੇ ਗੁਰਸਿੱਖ ਕਰਦੇ ਆ। ਇਹ ਇਕੱਲਾ ਸਿਆਣਾ ਜਾਮ ਪਿਆ ਸਿੱਖਾਂ ਦੇ ਵਿੱਚ, ਇਹ ਗੁਰਪ੍ਰਤਾਪ ਸੂਰਜ ਵਿੱਚ ਜੇ ਕਿਤੇ ਕਮੀਆਂ ਤਾਂ ਭਾਈ ਵੀਰ ਸਿੰਘ ਜੀ 100 ਸਾਲ ਪਹਿਲਾਂ ਐਡਿਟ ਕਰਕੇ ਦੱਸ ਕੇ ਗਏ ਆ। ਇਹ ਐਡੀਆਂ ਭੱਦੀਆਂ ਟਿੱਪਣੀਆਂ ਕੱਢ ਕੱਢ ਕੇ ਜਿਹੜੀਆਂ ਬੋਲ ਰਿਹਾ, ਉਹ ਤਾਂ ਭਾਈ ਵੀਰ ਸਿੰਘ ਜੀ 100 ਸਾਲ ਪਹਿਲਾਂ ਦੱਸ ਗਿਆ ਕਿ ਇਹਨਾਂ ਗੱਲਾਂ ਨੂੰ ਤੁਸੀਂ ਇਗਨੋਰ ਕਰਨਾ। ਇਹਨੇ ਆਪ ਸੰਥਿਆ ਕੀਤੀ ਨਹੀਂ ਅਤੇ ਦੂਜਿਆਂ ਨੂੰ ਮਤਾਂ ਦੇਈ ਜਾ ਰਿਹਾ। ਫਿਰ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਇਸ ਦੇ ਬਾਵਜੂਦ ਵੀ ਦੀਵਾਨ ਦੇ ਵਿੱਚ ਬੈਠੇ? ਉਹਨਾਂ ਦੀ ਸਤਸੰਗ, ਉਹਨਾਂ ਲੋਕਾਂ ਦੀ ਮਾਨਸਿਕਤਾ ਤੁਸੀਂ ਦੇਖ ਸਕਦੇ ਆ। 2 ਦਿਨ ਪਹਿਲਾਂ ਜਸਵੀਰ ਸਿੰਘ ਪੱਤਰਕਾਰ ਨਾਲ ਜੋ ਕੁਛ ਇਹਦੇ ਪਿਛਲੇ ਦੀਵਾਨ ਵਿੱਚ ਵਾਪਰਿਆ ਕਣਕਵਾਲ ਭੰਗੂਆਂ ਵਿੱਚ, ਉਹ ਜਸਵੀਰ ਸਿੰਘ ਨੇ ਸਵਾਲ ਕੀਤਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਬਾਰੇ ਅਤੇ ਹੋਰ ਜਿਹੜੇ ਸ਼ਹੀਦਾਂ ਬਾਰੇ, ਅਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਬਾਬਾ 4 ਸਾਲ ਦੀ ਉਮਰ ਅਜੇ ਸਿੰਘ ਜੀ ਦੇ ਬਾਰੇ ਜਦੋਂ ਸਵਾਲ ਕੀਤਾ ਕਿ ਉਹਨਾਂ ਦਾ ਜਿਗਰਾ ਕੱਢ ਕੇ ਪੇਟ ਨੂੰ ਝਾਕ ਕਰਕੇ ਅਤੇ ਬਾਬਾ ਜੀ ਨੇ ਮੂੰਹ 'ਚ ਤੁੰਨਿਆ, ਅਤੇ ਇਹਦੀ ਮੈਂ ਤਾਂ ਭੇਡਾਂ ਕਹੂੰਗਾ ਉਹਨਾਂ ਲੋਕਾਂ ਨੂੰ, ਉਹ ਕਹਿਣ ਲੱਗੇ ਕਿ ਤੂੰ ਲਾਗੇ ਖੜਾ ਸੀ। ਐਡੀ ਭੱਦੀ ਸ਼ਬਦਾਵਲੀ ਕਿ ਇਹ ਮੁਨੱਕਰ ਆ, ਬਾਬਾ ਬੰਦਾ ਸਿੰਘ ਬਹਾਦਰ ਦੇ ਸਪੁੱਤਰ ਬਾਬਾ ਅਜੇ ਸਿੰਘ ਦੀ ਸ਼ਹੀਦੀ ਤੋਂ ਮੁਨੱਕਰ ਹੋ ਗਿਆ। ਮੈਂ ਸਿੱਖਾਂ ਦੇ ਇਤਿਹਾਸਕਾਰਾਂ ਦੇ ਡਾਕਟਰ ਗੰਡਾ ਸਿੰਘ ਜੀ ਅਤੇ ਉਸ ਤੋਂ ਬਾਅਦ ਪ੍ਰੋਫੈਸਰ ਸੁਖਦਿਆਲ ਸਿੰਘ ਜੀ, ਮੈਂ ਉਹਨਾਂ ਦੇ ਹਵਾਲੇ ਨਹੀਂ ਦਿੱਤੇ। ਮੈਂ ਫੇਸਬੁੱਕ 'ਤੇ ਲਿਖਦਾ ਔਰ ਮੈਗਜ਼ੀਨਾਂ 'ਚ ਲਿਖਦਾ। ਅਸੀਂ ਉਸ ਤੋਂ ਬਾਅਦ ਮੁਗਲ ਹਿਸਟਰੀ ਨੂੰ ਫੋਲਿਆ। 1723 ਦੇ ਵਿੱਚ ਖਾਫੀ ਖਾਂ ਜਿਹੜਾ ਮੁਗਲ ਇਤਿਹਾਸਕਾਰ ਸੀ, ਉਹਦੀ ਜਿਹੜੀ ਕਿਤਾਬ ਇਬਰਤਨਾਮਾ, ਉਹਦੇ ਵਿੱਚ ਅਸੀਂ ਉਹ ਲੱਭਿਆ ਕਿ ਬਾਬਾ ਜੀ ਦੀ ਸ਼ਹੀਦੀ ਦੇ ਵੇਲੇ ਬਾਬਾ ਅਜੇ ਸਿੰਘ ਜੀ ਤੋਂ ਪੇੜ ਚੀਰਿਆ ਗਿਆ ਅਤੇ ਖਾਫੀ ਖਾਂ ਬਿਲਕੁਲ ਨੇੜੇ ਖੜਾ ਸੀ ਉਹ ਸ਼ਹੀਦੀ ਦੇ ਵੇਲੇ। ਉਹਨਾਂ ਦੇ ਇਤਿਹਾਸ ਦੀਆਂ ਅਸੀਂ ਜਿਹੜੇ ਸਰੋਤ ਕੱਢ ਕੇ ਅੱਗੇ ਰੱਖੇ ਸੰਗਤ ਦੇ, ਇਹਦੇ ਚੇਲੇ ਜਿਹੜੇ ਆ ਹੁਣ ਉਹ ਮਾਫੀ ਮੰਗ ਰਹੇ ਆ, ਵੀਡੀਓ ਪਾ ਪਾ ਕੇ ਸਾਡੇ ਕੋਲ ਗਲਤੀ ਹੋ ਗਈ ਆ। ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਸਾਡੇ ਵਿਰੋਧ ਦਾ ਮਕਸਦ ਆ ਕਿ ਸੰਗਤ ਜਿਹੜੀ ਆ ਗੁੰਮਰਾਹ ਹੋ ਰਹੀ, ਗੁਰਬਾਣੀ ਬਾਰੇ ਇਤਿਹਾਸ ਬਾਰੇ ਉਹ ਦੱਸਿਆ ਜਾਵੇ। ਇਹ ਗਤ ਦੇ ਅਰਥ ਸਪੀਡ ਕਰ ਰਿਹਾ, ਕਿੰਨਾ ਕੁ ਪੜ੍ਹਿਆ ਲਿਖਿਆ। ਸਿੱਖ ਪ੍ਰਚਾਰਕ ਰਣਜੀਤ ਸਿੰਘ ਵੱਲੋਂ ਆਪਣਾ ਪ੍ਰਚਾਰ ਕੀਤਾ ਜਾ ਰਿਹਾ, ਪਰ ਇਸ ਦਾ ਵਿਰੋਧ ਵੀ ਕੁਝ ਸਿੱਖ ਪ੍ਰਚਾਰਕਾਂ ਵੱਲੋਂ ਕੀਤਾ ਜਾ ਰਿਹਾ। ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ, ਪੰਜਾਬੀ ਟੀਵੀ।